ਪ੍ਰਭੂ ਯੇਸੂ ਦਾ ਨਾਸਰਤ ਵਿੱਚ ਰੱਦੇ ਜਾਣਾ। ਲੂਕਾ 4:14-30। ਯੇਸੂ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਗਲੀਲ ਨੂੰ ਵਾਪਸ ਆਇਆ ਅਤੇ ਉਹ ਸਾਰੇ ਇਲਾਕੇ ਵਿੱਚ ਉਸਦੀ ਕੀਰਤੀ ਫੈਲ ਗਈ। ਯੇਸੂ ਨੇ ਉਹਨਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਉਪਦੇਸ਼ ਦੇਣੇ ਸ਼ੁਰੂ ਕਰ ਦਿੱਤੇ। ਹਰੇਕ ਨੇ ਉਸਦੀ ਉਸਤਤ ਕੀਤੀ। ਫਿਰ ਯੇਸੂ ਨਾਸਰਤ ਸ਼ਹਿਰ ਵਿੱਚ ਆਇਆ ਜਿੱਥੇ ਉਹ ਵੱਡਾ ਹੋਇਆ ਸੀ। ਸਬਤ ਦੇ ਦਿਨ ਉਹ ਪ੍ਰਾਰਥਨਾ ਘਰ ਵਿੱਚ ਗਿਆ ਜਿਵੇਂ ਉਹ ਹਮੇਸ਼ਾ ਕਰਦਾ ਸੀ ਅਤੇ ਪੜ੍ਹਨ ਲਈ ਖੜੋ ਗਿਆ। ਯਸ਼ਾਇਆ ਨਬੀ ਦੀ ਪੋਥੀ ਉਸਨੂੰ ਦਿੱਤੀ ਗਈ ਅਤੇ ਉਸਨੇ ਇਹ ਪੋਥੀ ਖੋਲ੍ਹ ਕੇ ਉਹ ਸਫ਼ਾ ਕੱਢਿਆ ਜਿੱਥੇ ਇਹ ਲਿਖਿਆ ਹੋਇਆ ਸੀ, ਪ੍ਰਭੂ ਦਾ ਆਤਮਾ ਮੇਰੇ ਨਾਲ ਹੈ। ਉਸਨੇ ਮੈਨੂੰ ਗਰੀਬਾਂ ਨੂੰ ਖੁਸ਼ਖਬਰੀ ਦੇਣ ਲਈ ਮੱਸਾ ਕੀਤਾ ਹੈ। ਉਸਨੇ ਮੈਨੂੰ ਕੈਦੀਆਂ ਨੂੰ ਇਹ ਐਲਾਨ ਕਰਨ ਲਈ ਭੇਜਿਆ ਕਿ ਉਹ ਮੁਕਤ ਹਨ ਅਤੇ ਅੰਨਿਆਂ ਨੂੰ ਇਹ ਕਿ ਉਹ ਦ੍ਰਿਸ਼ਟੀ ਵਾਪਸ ਪ੍ਰਾਪਤ ਕਰਨਗੇ ਅਤੇ ਸਤਾਏ ਹੋਇਆਂ ਨੂੰ ਅਤਿਆਚਾਰੀਆਂ ਤੋਂ ਮੁਕਤ ਕਰਾਉਣ ਲਈ। ਫਿਰ ਯੇਸੂ ਨੇ ਪੁਸਤਕ ਬੰਦ ਕਰਕੇ ਸੇਵਕ ਨੂੰ ਦਿੱਤੀ ਅਤੇ ਥੱਲੇ ਬਹਿ ਗਿਆ। ਪ੍ਰਾਰਥਨਾ ਸਥਾਨ ਵਿੱਚ ਹਰ ਇੱਕ ਦੀ ਨਜ਼ਰ ਉਸ 'ਤੇ ਜੰਮ ਗਈ। ਫਿਰ ਯੇਸੂ ਨੇ ਉਹਨਾਂ ਨੂੰ ਆਖਣਾ ਸ਼ੁਰੂ ਕੀਤਾ ਅਤੇ ਕਿਹਾ, ਜਿਹੜਾ ਅਗਮੀ ਵਾਕ ਹੁਣੇ ਤੁਸੀਂ ਪੋਥੀਆਂ ਵਿੱਚੋਂ ਸੁਣਿਆ ਹੈ ਹੁਣ ਪੂਰਨ ਹੈ। ਸਭ ਲੋਕ ਉਸਦੀ ਉਸਤਤ ਕਰ ਰਹੇ ਸਨ। ਉਸਦੇ ਮੂੰਹੋਂ ਕਿਰਪਾ ਦੇ ਸ਼ਬਦ ਸੁਣ ਕੇ ਸਭ ਲੋਕ ਹੈਰਾਨ ਸਨ। ਉਹਨਾਂ ਨੇ ਕਿਹਾ, ਕੀ ਇਹ ਯੂਸਫ ਦਾ ਪੁੱਤਰ ਨਹੀਂ? ਯੇਸੂ ਨੇ ਉਹਨਾਂ ਨੂੰ ਆਖਿਆ, ਮੈਂ ਜਾਣਦਾ ਹਾਂ ਕਿ ਤੁਸੀਂ ਇਹ ਕਹਾਵਤ ਲਾਗੂ ਕਰੋਗੇ ਕਿ ਹੇ ਵੈਦ, ਆਪਣੇ ਆਪ ਨੂੰ ਰਾਜ਼ੀ ਕਰ, ਜੋ ਕੁਝ ਤੂੰ ਕਫਰਨੂਮ 'ਚ ਕੀਤਾ ਅਸੀਂ ਉਹ ਸੁਣਿਆ ਹੈ, ਉਹ ਗੱਲਾਂ ਤੂੰ ਇੱਥੇ ਵੀ ਆਪਣੇ ਨਗਰ ਵਿੱਚ ਕਰ। ਤਦ ਯੇਸੂ ਨੇ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਕੋਈ ਵੀ ਨਬੀ ਕਦੇ ਆਪਣੇ ਨਗਰ ਵਿੱਚ ਪ੍ਰਵਾਨ ਨਹੀਂ ਹੁੰਦਾ। ਜੋ ਮੈਂ ਆਖ ਰਿਹਾ ਹਾਂ ਉਹ ਸੱਚ ਹੈ ਕਿ ਏਲੀਆ ਦੇ ਸਮੇਂ 3.5 ਸਾਲਾਂ ਤੱਕ ਮੀਂਹ ਨਾ ਪਿਆ। ਇਸਰਾਇਲ ਵਿੱਚ ਅਜਿਹਾ ਕਾਲ ਪਿਆ ਕਿ ਉਸ ਸਮੇਂ ਉੱਥੇ ਬਹੁਤ ਵਿਧਵਾਵਾਂ ਸਨ, ਪਰ ਏਲੀਆ ਨੂੰ ਉਹਨਾਂ ਵਿੱਚੋਂ ਕਿਸੇ ਵਿਧਵਾ ਕੋਲ ਨਹੀਂ ਭੇਜਿਆ ਗਿਆ। ਉਸ ਨੂੰ ਸੈਦਾ ਦੇ ਸਾਰਪਤ ਦੀ ਵਿਧਵਾ ਕੋਲ ਹੀ ਭੇਜਿਆ ਗਿਆ ਸੀ। ਅਤੇ ਅਲੀਸ਼ਾ ਨਬੀ ਦੇ ਸਮੇਂ ਇਸਰਾਇਲ ਵਿੱਚ ਬਹੁਤ ਸਾਰੇ ਕੋੜੀ ਸਨ, ਪਰ ਉਹਨਾਂ ਵਿੱਚੋਂ ਸੀਰੀਆ ਦੇ ਨਮਾਨ ਕੋੜੀ ਤੋਂ ਬਿਨਾਂ ਕਿਸੇ ਨੂੰ ਵੀ ਰਾਜ਼ੀ ਨਹੀਂ ਕੀਤਾ ਗਿਆ ਸੀ। ਪ੍ਰਾਰਥਨਾ ਸਥਾਨ ਵਿੱਚ ਬੈਠੇ ਤਮਾਮ ਲੋਕ ਇਹ ਗੱਲਾਂ ਸੁਣ ਕੇ ਗੁੱਸੇ ਵਿੱਚ ਆਏ। ਉਹ ਖੜ੍ਹੇ ਹੋਏ ਅਤੇ ਯੇਸੂ ਨੂੰ ਨਗਰੋਂ ਬਾਹਰ ਕੱਢਿਆ। ਉਹਨਾਂ ਨੇ ਉਸਦਾ ਪਹਾੜੀ ਦੀ ਟੀਸੀ ਤੱਕ ਜਿੱਥੇ ਉਹਨਾਂ ਦਾ ਨਗਰ ਸੀ ਪਿੱਛਾ ਕੀਤਾ ਤਾਂ ਜੋ ਉਹ ਉਸਨੂੰ ਚਟਾਨ ਤੋਂ ਹੇਠਾਂ ਸੁੱਟ ਸਕਣ, ਪਰ ਯੇਸੂ ਉਹਨਾਂ ਵਿੱਚੋਂ ਲੰਘ ਕੇ ਚਲਿਆ ਗਿਆ।